ਵੈਲਕਮ ਬੈਕ। ਅਸਲਾਮ ਅਲੈਕੁਮ ਜੀ, ਕੈਸੀ ਹੈ ਮੇਰੀ ਯੂਟਿਊਬ ਫੈਮਿਲੀ ਵਾਲੇ, ਸਭ ਠੀਕ ਠਾਕ? ਉਮੀਦ ਹੈ ਜੀ ਸਾਰੇ ਠੀਕ ਹੋਣਗੇ, ਔਰ ਦੇਸ਼ ਪ੍ਰਦੇਸ਼ 'ਚ ਰਹਿਣ ਵਾਲੇ ਭੈਣ ਭਰਾ ਵੀ ਠੀਕ ਹੋਣਗੇ। ਅਤੇ ਚੱਲੇ ਵੀਵਰ, ਨਾ ਦੇਰ ਕਰਦੇ ਹਾਂ, ਚੱਲਦੇ ਹਾਂ ਜੀ ਰੈਸਪੀ 'ਤੇ। ਜਾਣੇ ਵੀ ਵੀਡੀਓ ਦੇ ਨਾਲ ਬਣੇ ਰਹੀਏਗਾ, ਜਿਹੜਾ ਵੀਡੀਓ 'ਤੇ ਨਿਊ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਔਰ ਬੈਲ ਆਈਕੋਨ ਦਾ ਬਟਨ ਲਾਜ਼ਮੀ ਦੱਬ ਦੇਵੇ ਕਿ ਆਉਣ ਵਾਲਾ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਨੂੰ ਪਹੁੰਚ ਜਾਵੇ। ਅਤੇ ਚੱਲਦੇ ਵੀਵਰ, ਨਾ ਦੇਰ ਕਰਦੇ ਹਾਂ, ਰੈਸਪੀ 'ਤੇ ਜਾਣੇ ਆਲੂਆਂ ਦੀ ਅਸੀਂ ਰੈਸਪੀ ਸ਼ੇਅਰ ਕਰਾਂਗੇ, ਜਿਹੜਾ 10 ਮਿੰਟ 'ਚ ਤਿਆਰ ਹੋ ਜਾਏਗੀ। ਅਤੇ ਵੀਡੀਓ ਦੇ ਨਾਲ ਬਣੇ ਰਹੀਏਗਾ ਜੀ। ਹੈਲੋ, ਤਾਂ ਵੀਵਰ ਜੀ, ਅੰਮੀ ਤੁਹਾਡੇ ਸਾਹਮਣੇ ਬਿਲਕੁਲ ਮੌਜੂਦ ਨੇ। ਚਲੋ ਰੈਸਪੀ ਸਟਾਰਟ ਕਰਨੇ ਆ, ਵੀਡੀਓ ਦੇ ਨਾਲ ਬਣੇ ਰਹੀਏਗਾ ਜੀ। ਇਹ ਵੀਵਰ ਸਾਡੇ ਕੋਲ ਜੀ ਚਿਪਸ ਪਈ ਹੋਈ ਹੈ, ਤਕਰੀਬਨ ਚਿਪਸ ਤਰ੍ਹਾਂ ਅਸੀਂ ਜਿਹੜਾ ਬਿਲਕੁਲ ਆਲੂ ਕੱਟ ਲਏ ਨੇ, ਠੀਕ ਹੈ ਨਾ ਜੀ। ਅਤੇ ਵੀਵਰ ਜੀ ਟਮਾਟਰ ਪਿਆ ਸਾਡੇ ਕੋਲ, ਔਰ ਹਰੀਆਂ ਮਿਰਚਾਂ, ਅਦਰਕ, ਲਸਣ, ਥੋਮ, ਔਰ ਵੀਵਰ ਪਿਆਜ਼ ਪਿਆ, ਔਰ ਵੀਵਰ ਜੀ ਨਾਲ ਆਪਣਾ ਜੀ ਨਮਕ, ਹਲਦੀ ਔਰ ਮਿਰਚਾਂ। ਅਤੇ ਚੱਲੇ ਵੀਵਰ, ਰੈਸਪੀ ਸਟਾਰਟ ਕਰਨੇ ਜੀ। ਅੰਮੀ ਨੂੰ ਉੱਪਰ ਰੱਖ ਦਿੱਤੀ ਹਾਂਡੀ, ਅਤੇ ਜਿਹੜਾ ਨਾ ਜੀ ਅੱਜ ਥੋੜ੍ਹਾ ਜਿਹਾ ਨਾ ਮਸਜਿਦ ਵਿੱਚ ਬੱਚਾ ਨਾਥ ਵੀ ਪੜ੍ਹ ਰਿਹਾ, ਕਿਉਂਕਿ ਜੁਮੇਰਾਤ ਹੈਗੀ ਹੈ, ਅਤੇ ਉਹਦੀ ਵੀ ਤੁਹਾਨੂੰ ਆਵਾਜ਼ ਵਿੱਚ ਆਉਂਦੀ ਹੋਏਗੀ। ਅਤੇ ਚਲੋ ਕੋਈ ਮਸਲਾ ਨਹੀਂ ਹੈ, ਅਗਰ ਨਾਥ ਪੜ੍ਹ ਰਿਹਾ ਤਾਂ ਚੰਗੀ ਗੱਲ ਹੀ ਹੈ ਜੀ। ਅਤੇ ਚੱਲੇ ਵੀਵਰ, ਅੰਮੀ ਲੱਗੀ ਹੈ ਜੀ ਘੀ ਐਡ ਕਰਨ ਪਤੀਲੀ ਦੇ ਅੰਦਰ। ਅਤੇ ਇਹ 10 ਮਿੰਟ ਦੇ ਵਿੱਚ ਜਿਹੜਾ ਨਾ ਜੀ ਪਟਾਟੋ ਜਿਹੜੇ ਨਾ ਬਿਲਕੁਲ ਤਿਆਰ ਹੋ ਜਾਣਗੇ, ਠੀਕ ਹੈ ਨਾ ਜੀ। ਤੁਸੀਂ ਵੀ ਇਸੇ ਤਰ੍ਹਾਂ ਦੇਖ ਕੇ ਬਣਾਈਏਗਾ ਆਲੂਆਂ ਦੀ ਰੈਸਪੀ, ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ। ਬਹੁਤ ਸ਼ੁਕਰੀਆ ਜੀ ਮੇਰੇ ਭੈਣ ਭਰਾਵਾਂ ਦਾ, ਥੈਂਕ ਯੂ ਸੋ ਮੱਚ ਫੁੱਲ ਵਾਚਿੰਗ ਦਾ। ਜਿਹੜਾ ਤੁਸੀਂ ਮੇਰੀ ਵੀਡੀਓ ਨੂੰ ਵੇਖਦੇ ਜੇ, ਲਾਈਕ ਕਰਦੇ, ਸਬਸਕ੍ਰਾਈਬ ਕਰਦੇ ਜੇ, ਥੈਂਕ ਯੂ। ਇਹ ਸਾਡੇ ਘਰ ਨਵੀਂ ਪ੍ਰਾਹੁਣੀ ਆਈ ਹੈ ਜੀ, ਮੈਂ ਕਿਹਾ ਤੁਹਾਨੂੰ ਇਹ ਵੀ ਦਿਖਾ ਦਈਏ। ਚਲੋ ਜੀ ਵੀਵਰ, ਪਿਆਜ਼ ਅਸੀਂ ਐਡ ਕਰ ਦਿੱਤਾ ਘੀ ਦੇ ਅੰਦਰ, ਅਤੇ ਪਿਆਜ਼ ਨੂੰ ਕਰਾਂਗੇ ਜੀ ਸੋਤੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਨਾ ਜੀ ਅਦਰਕ, ਉਹ ਥੋਮ, ਜਿਹੜੀਆਂ ਹਰੀ ਮਿਰਚਾਂ ਕੁੱਟੀਆਂ ਛੱਲੀ ਦੇ ਵਿੱਚ ਤੁਸੀਂ ਵੇਖ ਰਹੇ ਜੇ, ਉਹ ਟਮਾਟਰ, ਉਹ ਅਸੀਂ ਐਡ ਕਰਾਂਗੇ ਬਾਅਦ 'ਚੋਂ। ਅਤੇ ਵੀਵਰ, ਗਰਮੀ ਫਿਰ ਜਿਹੜਾ ਨਾ ਜਾਂਦੀ ਜਾਂਦੀ ਫਿਰ ਆਪਣਾ ਅਸਰ ਇੱਕ ਵਾਰੀ ਵਿਖਾ ਰਹੀ ਹੈ, ਅਤੇ ਪਰ ਗਰਮੀ ਦਾ ਜ਼ੋਰ ਜਿਹੜਾ ਉਹ ਪਹਿਲਾਂ ਸੀ ਨਾ ਉਹ ਖਤਮ ਹੋ ਚੁੱਕਿਆ, ਲੇਕਿਨ ਹੁਣ ਜਿਹੜਾ ਨਾ ਮਜ਼ੀਦ ਗਰਮੀ ਫਿਲਹਾਲ 2-4 ਦਿਨ ਹੋ ਗਏ ਨੇ ਫਿਰ ਪੜ ਰਹੀ ਹੈ ਜ਼ਿਆਦਾ, ਕਿਉਂਕਿ ਹੁਣ ਐਂਡ ਹੋ ਰਿਹਾ ਨਾ ਗਰਮੀ ਦਾ। ਅਤੇ ਅੰਮੀ ਵੀ ਵੇਖ ਲਓ ਜੀ, ਅੰਮੀ ਕੋਲ ਪੱਖੀ ਕੋਈ ਨਹੀਂ, ਅਤੇ ਅੰਮੀ ਛਾਬੀ ਦੇ ਨਾਲ ਜਿਹੜਾ ਨਾ ਜੀ ਆਪਣੀ ਹਵਾ ਲੈ ਰਹੀ ਹੈ। ਲਓ ਜੀ ਵੀਵਰ ਜੀ, ਅਸੀਂ ਐਡ ਕਰ ਦਿੱਤਾ ਜੀ ਟਮਾਟਰ ਵਗੈਰਾ, ਉਹ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਸੀ ਜਿਹੜੀਆਂ, ਬਾਅਦ ਵੀ ਖਾ ਰਹੇ ਜੀ ਪਾਪੜ। ਅਤੇ ਵੀਵਰ ਜੀ, ਸਾਡੇ ਕੋਲ ਨਾ ਜੀ 1.5 ਚਮਚ ਜਿਹੜਾ ਮਿਰਚ ਦੇ ਨੇ, ਔਰ 1 ਚਮਚ ਜਿਹੜਾ ਸਾਡੇ ਕੋਲ ਨਮਕ ਹੈ। ਜ਼ਰੂਰਤ ਦੇ ਮੁਤਾਬਕ ਅਸੀਂ ਹਲਦੀ ਐਡ ਕਰ ਰਹੇ ਹਾਂ, ਅਤੇ ਤੁਸੀਂ ਆਪਣੇ ਜ਼ਰੂਰਤ ਦੇ ਮੁਤਾਬਕ ਹੀ ਨਮਕ ਮਿਰਚ ਇਸਤੇਮਾਲ ਕਰਨੀ, ਜਿਵੇਂ ਤੁਸੀਂ ਕੰਟੀਨਿਊਸ ਖਾਂਦੇ ਜੇ। ਅਸੀਂ ਤੁਹਾਨੂੰ ਦਿਖਾਤੀ ਹੈ ਔਰ ਦੱਸ ਵੀ ਦਿੱਤਾ ਕਿੰਨੀ ਕਿੰਨੀ ਮਿਰਚ ਹੈ। ਚਲੋ ਮਸਾਲੇ ਨੂੰ ਅੱਛੇ ਤਰੀਕੇ ਨਾਲ ਕਰਨੇ ਜੀ ਭੁਨਾਈ, ਜਿਹੜਾ ਘੀ ਬਿਲਕੁਲ ਉੱਪਰ ਆ ਜਾਵੇ। ਚਲੋ ਵੀਰੋ ਜੀ, ਆਲੂ ਜਿਹੜੇ ਨੇ ਅਸੀਂ ਬਿਲਕੁਲ ਮਿਕਸ ਕਰ ਦਿੱਤੇ ਨੇ ਮਸਾਲੇ ਦੇ ਵਿੱਚ, ਚਿਪਸ ਤਰ੍ਹਾਂ ਅਸੀਂ ਆਲੂ ਕੱਟ ਲਏ ਨੇ, ਅਤੇ ਜ਼ਰਾ ਜਲਦੀ ਬਣ ਜਾਣ।
ਵੀਰੋ ਥੋੜ੍ਹਾ ਜਿਹਾ ਅਸੀਂ ਪਾਣੀ ਐਡ ਕੀਤਾ ਇਹਦੇ ਅੰਦਰ। ਆਲੂ ਜਿਹੜੇ ਨਾ ਜੀ ਬਿਲਕੁਲ ਨਰਮ ਹੋ ਜਾਣ ਅਤੇ ਉੱਪਰ ਦੇਣੇ ਜੀ ਢੱਕਣ, ਅਤੇ ਵੀਡੀਓ ਦਾ ਨਾਲ ਹੀ ਬਣਿਆ ਰਹੀਏਗਾ। ਚਲੋ ਵੀਰੋ ਇੱਕ ਵਾਰੀ ਦੇਖਦੇ ਹਾਂ ਜੀ, ਥੋੜ੍ਹਾ ਜਿਹਾ ਪਾਣੀ ਹੈ, ਕੁਛ ਕਰਨੇ ਥੋੜ੍ਹਾ ਜਿਹਾ ਹੋਰ। ਚਲੋ ਜੀ ਵੀਵਰ ਜੀ, ਆਲੂ ਚਿਪਸ ਜਿਹੜੀ ਨਾ ਸਾਡੀ ਬਿਲਕੁਲ ਤਿਆਰ ਹੋ ਚੁੱਕੀ ਹੈ। ਠੀਕ ਹੈ ਨਾ ਜੀ, ਸਾਨੂੰ ਜਿਹੜਾ ਨਾ ਜੀ ਇੱਕ ਮਸਲਾ ਬਣਿਆ, ਸਾਨੂੰ ਧਨੀਆ ਕੋਈ ਨਹੀਂ ਲੱਭਿਆ ਦੁਕਾਨ ਵਾਲੇ ਕੋਲ, ਸਬਜ਼ੀ ਵਾਲੇ ਕੋਲ ਧਨੀਆ ਕੋਈ ਨਹੀਂ। ਅਤੇ ਵੀਵਰ ਜਿਹੜਾ ਨਾ ਜੀ ਆਲੂ ਬਿਲਕੁਲ ਪਟਾਟੋ ਸਾਡੇ ਤਿਆਰ ਹੋ ਚੁੱਕੇ ਨੇ। ਚਲੋ ਵੀਵਰ ਸਰਵ ਕਰਨੇ ਆ, ਤਾਂ ਦੇਖ ਸਕਦੇ ਜੀ ਤੁਸੀਂ। ਤੋ ਵੀਵਰ ਜੀ ਫਾਈਨਲ ਲੁੱਕ ਤੁਹਾਨੂੰ ਅਸੀਂ ਦਿਖਾ ਦਿੱਤੀ ਹੈ ਜੀ ਪਟਾਟੋ ਰੈਸਪੀ ਦੀ। ਠੀਕ ਹੈ ਜੀ, ਚਿਪਸ ਤਰ੍ਹਾਂ ਅਸੀਂ ਆਲੂ ਕੱਟੇ ਸੀ ਅਤੇ ਛੇਤੀ ਹੋ ਗਈ ਹੈ 10 ਮਿੰਟ ਦੇ ਵਿੱਚ। ਅਤੇ ਜੇ ਤੁਹਾਨੂੰ ਅੱਛੀ ਲੱਗੀ ਹੋਈ ਸਾਡੀ ਰੈਸਪੀ ਤਾਂ ਆਪਣੇ ਭਰਾ ਨੂੰ ਕਮੈਂਟ ਬੈਕ ਲਾਜ਼ਮੀ ਦੇਈਏਗਾ ਜੀ। ਅਤੇ ਮੈਨੂੰ ਦਿਓ ਜੀ ਤੁਸੀਂ ਇਜਾਜ਼ਤ, ਕੱਲ੍ਹ ਮਿਲਾਂਗੇ ਜੀ ਇੱਕ ਨਵੀਂ ਰੈਸਪੀ ਦੇ ਨਾਲ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਜੀ, ਫੀਮਾਨ ਅਗਰ।